ਪਿਆਰੇ ਬੱਚਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 7 ਮਾਰਚ ਦੀ ਮਾਰਨਿੰਗ ਸਲਾਈਡ ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮਾਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਆਪਣੇ ਚੈਨਲ ਤੇ ਅਪਲੋਡ ਹੈ ਤੁਸੀਂ ਹਰ ਡੇਟ ਦੀ ਹਰ ਮੰਥ ਦੀ ਜਿਹੜੀ ਆਪਣੇ ਚੈਨਲ ਤੇ ਜਾ ਕੇ ਮਾਰਨਿੰਗ ਸਲਾਈਡ ਦੇਖ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਜਿਹੜਾ 7 ਮਾਰਚ ਦੀ ਮਾਰਨਿੰਗ ਸਲਾਈਡ ਤੇ ਇਸ ਤੋਂ ਪਹਿਲਾਂ ਮੈਂ ਸਾਰੇ ਬੱਚੇ ਜਿੰਨੇ ਵੀ ਆਪਣੇ ਚੈਨਲ ਨੂੰ ਵਾਚ ਕਰਦੇ ਆ ਫਰਸਟ ਤੋਂ ਲੈ ਕੇ ਜਿਹੜੇ 5ਥ ਬੱਚਿਆਂ ਦੇ ਕੱਲ ਪੇਪਰ ਸਟਾਰਟ ਹੋਣ ਜਾ ਰਿਹਾ ਹੈ ਉਹਨਾਂ ਨੂੰ ਬੈਸਟ ਆਫ ਲੱਕ ਪੂਰਾ ਸਾਲ ਤੁਹਾਡੇ ਟੀਚਰ ਨੇ ਤੁਹਾਡੇ ਤੇ ਮਿਹਨਤ ਕੀਤੀ ਹੈ ਤੁਸੀਂ ਖੁਦ ਮਿਹਨਤ ਕੀਤੀ ਹੈ ਸਾਰਾ ਸਾਲ ਪੜ੍ਹਾਈ ਕੀਤੀ ਹੈ ਤੇ ਹੁਣ ਜਿਹੜਾ ਤੁਹਾਡਾ ਉਹ ਉਹਦਾ ਰਿਜ਼ਲਟ ਦੇਣ ਦਾ ਸਮਾਂ ਆ ਗਿਆ ਹੈ ਤੇ ਹੁਣ ਤੁਸੀਂ ਵਧੀਆ ਵਧੀਆ ਪੇਪਰ ਕਰਨੇ ਆ ਵਧੀਆ ਪੇਪਰ ਕਰਨੇ ਆ ਤੇ ਵਧੀਆ ਨੰਬਰ ਲੈ ਕੇ ਪਾਸ ਹੋਣਾ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰਨਾ ਤੇ ਆਪਣੇ ਅਧਿਆਪਕ ਦਾ ਵੀ ਤੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਬੈਸਟ ਆਫ ਲੱਕ ਸਾਰੇ ਬੱਚੇ ਵਧੀਆ ਸਵੇਰੇ ਤਿਆਰ ਹੋ ਕੇ ਵਰਦੀ ਦੇ ਵਿੱਚ ਆਪਣੇ ਸਮੇਂ ਸਿਰ ਸਕੂਲ ਟਾਈਮ ਪਹੁੰਚ ਜਾਓ ਅਸੈਂਬਲੀ ਟਾਈਮ ਤੇ ਅਸੈਂਬਲੀ ਦੇ ਵਿੱਚ ਤੁਸੀਂ ਪਹੁੰਚ ਕੇ ਅਸੈਂਬਲੀ ਦਾ ਹਿੱਸਾ ਬਣੋ ਸਵੇਰੇ ਸਵੇਰੇ ਪਰਮਾਤਮਾ ਦਾ ਨਾਮ ਲਓ ਤੇ ਉਸ ਤੋਂ ਬਾਅਦ ਜਿਹੜੇ ਦਿਨ ਦੀ ਸ਼ੁਰੂਆਤ ਕਰੋ ਤੇ ਵਧੀਆ-ਵਧੀਆ ਪੇਪਰ ਕਰੋ ਹੁਣ ਆਪਾਂ ਕਰਦੇ ਹਾਂ ਜਿਹੜੀ 7 ਮਾਰਚ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਵੀਰਵਾਰ ਅੱਜ ਦੀ ਮਿਤੀ 7 ਮਾਰਚ 2024 ਅੱਜ ਦਾ ਵਿਚਾਰ ਅੱਜ ਦਾ ਵਿਚਾਰ ਹੈ ਪਿਆਰੇ ਬੱਚੋ ਮਿਹਨਤ ਸਫਲਤਾ ਦੀ ਬੁਨਿਆਦੀ ਕੁੰਜੀ ਹੈ ਜਿਵੇਂ ਬੱਚੋ ਆਪਾਂ ਪੜਦੇ ਹਾਂ ਬੁਨਿਆਦੀ ਲੋੜਾਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦੇ ਬਿਨਾ ਆਪਣਾ ਕੰਮ ਨਹੀਂ ਚੱਲਦਾ ਉਸ ਤਰ੍ਹਾਂ ਕੀ ਹੈ ਮਿਹਨਤ ਦੀ ਜਿਹੜੀ ਸਫਲਤਾ ਸਫਲਤਾ ਜੋ ਤੁਸੀਂ ਸਫਲ ਹੁੰਦੇ ਹੋ ਕਿਸੇ ਵੀ ਖੇਤਰ ਦੇ ਵਿੱਚ ਸਫਲ ਹੁੰਦੇ ਹੋ ਕੰਮ ਵਧੀਆ ਤਰੀਕੇ ਨਾਲ ਕਰ ਜਾਂਦੇ ਹੋ ਜੇ ਤੁਸੀਂ ਪੜ ਰਹੇ ਹੋ ਪੜਾਈ ਦੇ ਵਿੱਚ ਤੁਸੀਂ ਇੱਕ ਕਲਾਸ ਨੂੰ ਪਾਸ ਕਰਕੇ ਅਗਲੀ ਕਲਾਸ 'ਚ ਜਾਂਦੇ ਹੋ ਤੇ ਉਹਦੇ ਪਿੱਛੇ ਤੁਹਾਡੀ ਜਿਹੜੀ ਹੈ ਮਿਹਨਤ ਬਹੁਤ ਜ਼ਰੂਰੀ ਹੈ ਮਿਹਨਤ ਹੀ ਉਸ ਸਫਲਤਾ ਦੀ ਜਿਹੜੀ ਬੁਨਿਆਦੀ ਕੁੰਜੀ ਹੈ ਮਿਹਨਤ ਤੋਂ ਇਲਾਵਾ ਸਫਲਤਾ ਕਦੇ ਨਹੀਂ ਮਿਲਦੀ ਕਹਿਣ ਦੇ ਮੁਤਾਬਿਕ ਤੁਸੀਂ ਜਿੱਥੋਂ ਮਰਜ਼ੀ ਸੁਣਿਆ ਹੋਵੇ ਪਰ ਇਦਾਂ ਕਦੇ ਵੀ ਨਹੀਂ ਹੁੰਦਾ ਵੀ ਸ਼ਾਰਟਕਟ ਆਪਾਂ ਨੂੰ ਕੁਝ ਰਸਤਾ ਮਿਲਦੇ ਹਮੇਸ਼ਾ ਜਦੋਂ ਵੀ ਸਕਸੈਸ ਹੋਣਾ ਹੈ ਸਫਲ ਹੋਣਾ ਹੈ ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਇਸ ਕਰਕੇ ਸਾਲ ਦੇ ਸ਼ੁਰੂਆਤ ਤੇ ਉਹ ਹੀ ਆਪਣੇ ਟੀਚਰ ਦੇ ਨਾਲ ਨਾਲ ਜਿੰਨੀ ਇੱਕ ਟੀਚਰ ਤੁਹਾਡੇ ਬੱਚੇ ਤੇ ਮਿਹਨਤ ਕਰਦਾ ਹੈ ਤੇ ਤੁਸੀਂ ਵੀ ਜਿਹੜੀ ਮਿਹਨਤ ਨਾਲ ਨਾਲ ਸਟਾਰਟ ਕਰ ਦਿਆ ਕਰੋ ਤੇ ਲਾਸਟ ਤੇ ਜਿਹੜੇ ਆ ਹੁਣ ਫਾਈਨਲ ਐਗਜ਼ਾਮ ਹੋ ਰਿਹਾ ਤੇ ਇਹਨਾਂ ਦਿਨਾਂ ਤੱਕ ਤੁਸੀਂ ਆਪਣੇ ਆਪ ਨੂੰ ਪੂਰਾ ਕੰਫੀਡੈਂਸ ਹੋ ਜਾਂਦਾ ਤੁਹਾਡੇ ਦੇ ਵਿੱਚ ਵੀ ਹੁਣ ਸਾਨੂੰ ਸਭ ਕੁਝ ਆਉਂਦਾ ਹੈ ਜਿੱਦਾਂ ਦਾ ਮਰਜ਼ੀ ਪੇਪਰ ਆ ਜਾਏ ਅਸੀਂ ਵਧੀਆ ਨੰਬਰ ਲੈ ਕੇ ਜਿਹੜਾ ਪਾਸ ਹੋਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੇ ਕੁਸਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਤਾਂ ਪਿਆਰੇ ਬੱਚੋ ਏਸ਼ੀਆ ਦੀ ਜਿਹੜੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਉਹ ਹੈ ਖੰਨਾ ਖੰਨਾ ਸ਼ਹਿਰ ਦਾ ਨਾਮ ਹੈ ਤੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਇਹ ਸ਼ਹਿਰ ਆਉਂਦਾ ਹੈ ਦੂਸਰਾ ਕੁਐਸਚਨ ਬ੍ਰਹਿਮੰਡ ਵਿੱਚ ਕਿੰਨੇ ਤਾਰੇ ਹਨ ਤਾਂ ਪਿਆਰੇ ਬੱਚੋ ਬ੍ਰਹਿਮੰਡ ਵਿੱਚ ਅਨੰਤ ਤਾਰੇ ਹਨ ਅਨੰਤ ਦਾ ਮਤਲਬ ਆਪਾਂ ਉਹਨਾਂ ਨੂੰ ਕਦੇ ਗਿਣ ਨਹੀਂ ਸਕਦੇ ਰਾਤ ਨੂੰ ਆਪਾਂ ਨੂੰ ਤਾਰੇ ਦਿਖਾਈ ਦਿੰਦੇ ਹਨ ਸੂਰਜ ਵੀ ਇੱਕ ਤਰ੍ਹਾਂ ਦਾ ਕੀ ਹੈ ਤਾਰਾ ਹੈ ਸੂਰਜ ਵੀ ਇੱਕ ਤਰ੍ਹਾਂ ਦਾ ਤਾਰਾ ਹੈ ਪਰ ਉਹ ਧਰਤੀ ਦੇ ਨੇੜੇ ਹੈ ਤਾਂ ਕਰਕੇ ਆਪਾਂ ਨੂੰ ਵੱਡਾ ਦਿਖਾਈ ਦਿੰਦਾ ਹੈ ਪਰ ਸੂਰਜ ਦੇ ਨਾਲ ਦੇ ਹੋਰ ਲੱਖਾਂ ਤਾਰੇ ਬ੍ਰਹਿਮੰਡ ਦੇ ਵਿੱਚ ਹੈਗੇ ਆ ਜਿਹੜੇ ਆਪਾਂ ਨੂੰ ਦਿਖਾਈ ਦਿੰਦੇ ਆ ਰਾਤ ਨੂੰ ਛੋਟੇ ਛੋਟੇ ਜਿਹੜੇ ਕਿ ਬਹੁਤ ਜ਼ਿਆਦਾ ਦੂਰ ਹੈ ਹੋਸਤੋ ਅਗੇ ਕੌਮੀ ਬਾਲੜੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੇ ਪਿਆਰੇ ਬੱਚਿਓ ਜਿਹੜਾ ਕੌਮੀ ਬਾਲੜੀ ਦਿਵਸ ਹੈ ਉਹ ਮਨਾਇਆ ਜਾਂਦਾ ਹੈ 24 ਜਨਵਰੀ ਨੂੰ ਉਸ ਤੋਂ ਅਗਲਾ ਕੁਐਸਚਨ ਹੈ ਰੋਮਨ ਅੰਕ ਪ੍ਰਣਾਲੀ ਵਿੱਚ 270 ਨੂੰ ਕਿਵੇਂ ਲਿਖਿਆ ਜਾਂਦਾ ਤੇ ਪਿਆਰੇ ਬੱਚਿਓ ਇੱਕ ਸੀ ਦਾ ਮਤਲਬ 100 ਦੋ ਸੀ ਦਾ ਮਤਲਬ 200 ਐਲ ਦਾ ਮਤਲਬ 50 ਤੇ ਨਾਲ ਦੋ ਜਿਹੜੇ 10 10 ਲਾਏ ਹੋਏ ਆ ਤੇ ਟੋਟਲ ਬਣ ਗਿਆ 270 ਤੇ ਕੀ ਲਿਖਾਂਗੇ ਆਪਾਂ ਰੋਮਨ ਦੇ ਵਿੱਚ ਸੀ ਸੀ ਐਲ ਐਕਸ ਐਕਸ ਅਗਿਆ ਇੱਕ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ਤੇ ਪਿਆਰੇ ਬੱਚੋ ਸਾਰਾ ਹਫ਼ਤਾ ਤੁਸੀਂ ਹਫ਼ਤਾ ਬਾਏ ਹਫ਼ਤਾ ਫਿਰ ਮਹੀਨਾ ਨਿਕਲਦਾ ਆਪਣਾ ਤੇ ਹਫ਼ਤੇ ਦੇ ਦਿਨ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਸੱਤ ਦਿਨ ਹੁੰਦੇ ਹੈ ਸੰਡੇ ਤੋਂ ਲੈ ਕੇ ਸੈਚਰਡੇ ਤੱਕ ਅੱਗੇ ਆਓ 부ਜੀਏ ਮਿੱਟੀ ਦਾ ਇੱਕ ਘਰ ਬਣਾਇਆ ਲੋਹੇ ਦੀ ਛੱਤ ਪਾਈ ਸਵੇਰੇ ਸ਼ਾਮ ਉਸ ਘਰ ਵਿੱਚ ਆਪੇ ਹੀ ਅੱਗ ਲਾਈ ਤਾਂ ਪਿਆਰੇ ਬੱਚੋ ਇਹ ਹੋਿੰਦਾ ਹੈ ਚੁੱਲ੍ਹਾ ਅਤੇ ਤਵਾ ਅੱਗੇ ਕਰਾਂਗੇ ਵਰਡ ਫਾਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਹਾਂਜੀ ਪਿਆਰੇ ਬੱਚੋ ਟੂ ਡੇਜ਼ ਵਰਡ ਅੱਜ ਦੇ ਸ਼ਬਦ ਅੱਜ ਦਾ ਪਹਿਲਾ ਸ਼ਬਦ ਹੈ ਗ੍ਰੈਂਡ ਫਾਦਰ ਜੀ ਆਰ ਏ ਐਂਡੀ ਗ੍ਰੈਂਡ ਫਾਦਰ ਗ੍ਰੈਂਡ ਫਾਦਰ ਕੀ ਹੁੰਦੇ ਆ ਦਾਦਾ ਦਾਦੀ ਦਾਦਾ ਜਾਂ ਨਾਨਾ ਜਿਹੜੇ ਤੁਹਾਡੇ ਪਾਪਾ ਦੇ ਪਾਪਾ ਹੁੰਦੇ ਆ ਜਿਹਨੂੰ ਆਪਾਂ ਘਰ ਦੇ ਵਿੱਚ ਦਾਦਾ ਕਹਿੰਦੇ ਆ ਕੋਈ ਵੱਡੇ ਪਾਪਾ ਕਹਿੰਦੇ ਆ ਉਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਆ ਗ੍ਰੈਂਡ ਫਾਦਰ ਉਸ ਤੋਂ ਬਾਅਦ ਗ੍ਰੈਂਡ ਮਦਰ ਜੀ ਆਰ ਏ ਐਂਡੀ ਗ੍ਰੈਂਡ -E MOTHER ਮਦਰ ਗ੍ਰੈਂਡਮਦਰ ਗ੍ਰੈਂਡਮਦਰ ਕੀ ਹੁੰਦੇ ਹੈ ਦਾਦੀ ਜਾਂ ਨਾਨੀ ਜੋ ਤੁਹਾਡੇ ਪਾਪਾ ਦੇ ਮੰਮੀ ਹੁੰਦੇ ਹੈ ਜਿਹਨੂੰ ਕੋਈ ਦਾਦੀ ਜੀ ਕਹਿੰਦੇ ਹੈ ਕੋਈ ਬੜੇ ਅम्मा ਕਹਿੰਦੇ ਹੈ ਇਸ ਤਰ੍ਹਾਂ ਕਰਕੇ ਉਹਨੂੰ ਇੰਗਲਿਸ਼ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ ਗ੍ਰੈਂਡਮਦਰ ਤੀਸਰਾ ਆਂਟ A U N T ਆਂਟ ਆਂਟ ਕੀ ਹੈ ਚਾਚੀ ਹੋਗੀ ਤੁਹਾਡੇ ਘਰ ਚ ਤਾਈ ਮਾਮੀ ਭੂਆ ਫੁੱਫੀ ਜਾਂ ਮਾਸੀ ਇਹ ਜਿੰਨੇ ਵੀ ਰਿਸ਼ਤੇ ਆ ਇਹਨਾਂ ਸਾਰੇ ਰਿਸ਼ਤਿਆਂ ਦਾ ਇੱਕੋ ਵਰਡ ਇੰਗਲਿਸ਼ ਦੇ ਵਿੱਚ ਆਂਟ ਇੰਗਲਿਸ਼ ਵਿੱਚ ਕੀ ਕਹਿੰਦੇ ਆ ਆਂਟ ਪਰ ਪੰਜਾਬੀ ਇੰਨੀ ਪਿਆਰੀ ਭਾਸ਼ਾ ਹੈ ਜਿੰਦੇ ਵਿੱਚ ਆਪਾਂ ਨੂੰ ਰਿਸ਼ਤੇ ਦੇ ਨਾਮ ਤੋਂ ਪਤਾ ਲੱਗ ਜਾਂਦਾ ਚਾਚੀ ਤੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਚਾਚੇ ਦੀ ਘਰ ਵਾਲੀ ਜੋ ਤੁਹਾਡੇ ਪਿਤਾ ਤੋਂ ਛੋਟੇ ਹੈ ਤਾਈ ਜੋ ਤੁਹਾਡੇ ਪਿਤਾ ਤੋਂ ਵੱਡੇ ਹੈ ਉਹਨਾਂ ਦੀ ਘਰ ਵਾਲੀ ਜਿਹੜੀ ਉਹ ਤੁਹਾਡੀ ਤਾਈ ਮਾਮੀ ਤੁਹਾਡੇ ਮਾਮੇ ਦੀ ਘਰ ਵਾਲੀ ਭੂਆ ਤੁਹਾਡੇ ਫਾਦਰ ਦੀ ਜਿਹੜੀ ਸਿਸਟਰ ਆ ਉਸ ਤੋਂ ਬਾਅਦ ਫੁੱਫੀ ਵੀ ਪੂਆ ਨਹੀਂ ਕਿਹਾ ਜਾਂਦਾ ਕਿਸੇ ਖੇਤਰ ਚ ਫੁੱਫੀ ਕਹਿੰਦੇ ਤੇ ਕਿਸੇ ਚ ਪੂਆ ਕਹਿੰਦੇ ਮਾਸੀ ਤੁਹਾਡੇ ਜਿਹੜੇ ਮਮਾ ਦੀ ਸਿਸਟਰ ਤੇ ਇਹ ਸਾਰੇ ਰਿਸ਼ਤੇ ਪੰਜਾਬੀ ਦੇ ਵਿੱਚ ਆਪਾਂ ਨੂੰ ਰਿਸ਼ਤਿਆਂ ਦੇ ਨਾਮ ਤੋਂ ਜਿਹੜਾ ਪਤਾ ਲੱਗ ਜਾਂਦਾ ਵੀ ਕੀ ਰਿਸ਼ਤਾ ਹੈ ਉਹਨਾਂ ਨਾਲ ਪਰ ਇੰਗਲਿਸ਼ ਦੇ ਵਿੱਚ ਤੁਸੀਂ ਆਂਟ ਕਹੋਗੇ ਤੁਹਾਨੂੰ ਸਮਝ ਹੀ ਨਹੀਂ ਲੱਗੇਗੀ ਦੂਸਰੇ ਬੰਦੇ ਨੂੰ ਵੀ ਇਹ ਹੁਣ ਇਹਨਾਂ ਨਾਲ ਕੀ ਰਿਸ਼ਤਾ ਹੈ ਇਸ ਕਰਕੇ ਪੰਜਾਬੀ ਘਰ ਦੇ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਸਿਖਾਓ ਰਿਸ਼ਤਿਆਂ ਦੀ ਅਹਿਮੀਅਤ ਦੱਸੋ ਤੇ ਜੋ ਜਿਸ ਬੱਚੇ ਦਾ ਜਿੰਦੇ ਨਾਲ ਰਿਸ਼ਤਾ ਹੈ ਉਹ ਰਿਸ਼ਤੇ ਬਾਰੇ ਜਰੂਰ ਦੱਸੋ ਵੀ ਇਹ ਤੁਹਾਡੀ ਮਾਸੀ ਆ ਇਹ ਚਾਚੀ ਆ ਇਹ ਤਾਈ ਆ ਉਸ ਤੋਂ ਅੱਗੇ ਪੇਰੈਂਟਸ ਪੀ ਆ ਆਰ ای ਐਨ ਟੀ ਐਸ ਪੇਰੈਂਟਸ ਪੇਰੈਂਟਸ ਕੀ ਹੁੰਦੇ ਆ ਮਾਤਾ ਪਿਤਾ ਮੰਮੀ ਪਾਪਾ ਕਹਿੰਦੇ ਨੇ ਜਾਂ ਮਾਪੇ ਕਹਿੰਦੇ ਆ ਮਾਂ ਪਿਓ ਕਹਿੰਦੇ ਆ ਬਜ਼ੁਰਗ ਵੱਡੇ ਵਡੇਰੇ ਪੁਰਖ ਜਾਂ ਮੂਲ ਜਾਂ ਸਰੋਤ ਪੇਰੈਂਟਸ ਆਪਾਂ ਜੋ ਮੰਮੀ ਪਾਪਾ ਜੋ ਘਰੇ ਦੇ ਵੱਡੇ ਐ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਪੇਰੈਂਟਸ ਅੱਗੇ ਫੈਮਿਲੀ F A M I L Y ਫੈਮਿਲੀ ਫੈਮਿਲੀ ਕੀ ਹੈ ਪੂਰਾ ਪਰਿਵਾਰ ਜੋ ਪਰਿਵਾਰ ਦੇ ਵਿੱਚ ਰਹਿੰਦੇ ਹੋ ਤੁਸੀਂ ਤੁਹਾਡੇ ਮੰਮੀ ਪਾਪਾ ਤੁਸੀਂ ਤੁਹਾਡੇ ਭੈਣ ਭਰਾ ਇਹਨੂੰ ਆਪਾਂ ਕਹਿ ਦਿੰਦੇ ਹਾਂ ਮੰਨ ਲਓ ਛੋਟੀ ਫੈਮਿਲੀ ਪਰ ਜੁਆਇੰਟ ਫੈਮਿਲੀ ਜੁਆਇੰਟ ਫੈਮਿਲੀ ਦੇ ਵਿੱਚ ਜਿਵੇਂ ਤੁਹਾਡੇ ਦਾਦਾ ਦਦੀ ਚਾਚਾ ਚਾਚੀ ਤਾਇਆ ਤਾਈ ਸਾਰੇ ਇਕੱਠੇ ਰਹਿੰਦੇ ਹੋ ਤੇ ਉਹ ਹੋ ਜਾਂਦੀ ਹੈ ਜੁਆਇੰੰਟ ਫੈਮਿਲੀ ਤੇ ਫੈਮਿਲੀ ਦਾ ਮੇਨ ਮਤਲਬ ਹੈ ਪਰਿਵਾਰ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਫੈਮਿਲੀ ਖਾਨਦਾਨ ਜਾਂ ਘਰਾਣਾ ਸੰਤਾਨ ਔਲਾਦ ਤੇ ਅੱਜ ਦੇ ਜਿਹੜੇ ਸਾਰੇ ਵਰਡ ਸੀਗੇ ਇਹ ਇੱਕ ਫੈਮਿਲੀ ਰਿਲੇਟਡ ਸੀਗੇ ਜਿਹੜੇ ਰਿਸ਼ਤੇ ਹੁੰਦੇ ਆ ਫੈਮਿਲੀ ਦੇ ਵਿੱਚ ਉਹਨਾਂ ਦੇ ਨਾਲ ਸਬੰਧਤ ਜਿਹੜੇ ਇਹ ਅੱਜ ਦੇ ਸ਼ਬਦ ਸੀਗੇ ਤੇ ਇਸ ਦੇ ਨਾਲ ਹੀ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਮਾਰਨਿੰਗ ਸਲਾਈਡ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਭੇਜਿਆ ਕਰੋ ਤੇ ਨਾਲ ਹੀ ਬੱਚਿਆਂ ਨੂੰ ਇਨਸਟ੍ਰਕਸ਼ਨ ਕਰਿਆ ਕਰੋ ਅਸੈਂਬਲੀ ਦੇ ਵਿੱਚ ਵੀ ਇਹ ਵੀਡੀਓ ਘਰ ਤੋਂ ਜ਼ਰੂਰ ਦੇਖ ਕੇ ਆਓ ਤੇ ਨਾਲ ਦੀ ਨਾਲ ਉਹਨਾਂ ਨੂੰ ਕੁਐਸਚਨ ਪੁੱਟ ਅਪ ਕਰਿਆ ਕਰੋ ਅਸੈਂਬਲੀ ਦੇ ਵਿੱਚ ਅਸੈਂਬਲੀ ਦੇ ਵਿੱਚ ਹੀ ਇੱਕ ਬਹੁਤ ਹੀ ਮੋਟੀਵੇਸ਼ਨ ਵਾਲਾ ਮਾਹੌਲ ਬਣ ਜਾਂਦਾ ਜਦੋਂ ਆਪਾਂ ਜਿਹੜੀ ਸਲਾਈਡ ਨੂੰ 5-10 ਮਿੰਟ ਲਾ ਕੇ ਬੱਚਿਆਂ ਤੋਂ ਕੁਐਸਚਨ ਪੁੱਟ ਅਪ ਕਰੀਏ ਬੱਚਿਆਂ ਨੂੰ ਸਲਾਈਡ ਕਰਾਈਏ ਇੱਕ ਤਾਂ ਬੱਚਿਆਂ ਦੀ ਨੌਲੇਜ ਵੱਧਦੀ ਹੈ ਇੱਕ ਬ ਵੱਧਾ ਐ ਸਲਾਈਡ ਦੇ ਵਿੱਚ ਤੇ ਇਸ ਤਰ੍ਹਾਂ ਜਿਹੜੀ ਸਲਾਈਡ ਜਰੂਰ ਕਰਾਇਆ ਕਰੋ ਬੱਚਿਆਂ ਨੂੰ ਨੌਲੇਜ ਵਾਦੀ ਆ ਬੱਚਿਆਂ ਦੀ ਤੇ ਨਾਲ ਦੀ ਨਾਲ ਇਹਦੇ ਵਿੱਚੋਂ ਚੌਥੀ ਪੰਜਵੀਂ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਮਿਲ ਜਾਂਦੇ ਆ ਕੁਝ ਮੈਥ ਦੇ ਕੁਐਸਚਨ ਕੁਝ ਈਵੀਐਸ ਦੇ ਕੁਐਸਚਨ ਜਿਹੜੇ ਇਸ ਸਲਾਈਡ ਦੇ ਵਿੱਚੋਂ ਮਿਲਦੇ ਆ ਦੇਖਣ ਨੂੰ ਵਰਡ ਮੀਨਿੰਗ ਵੀ ਬੱਚੇ ਨੂੰ ਜਿਹੜਾ ਰਿਸ਼ਤਿਆਂ ਦਾ ਐਮੀਅਤ ਸਾਰੀ ਚੀਜ਼ ਦੀ ਪਤਾ ਲੱਗਦੀ ਆ ਬੱਚੇ ਵੀ ਜਿਹੜੇ ਘਰੇ ਮਾਰਨਿੰਗ ਸਲਾਈਡ ਦੇਖਦੇ ਇੱਕ ਕਾਪੀ ਜ਼ਰੂਰ ਲਾਓ ਕਾਪੀ ਤੇ ਨੋਟ ਡਾਊਨ ਕਰਿਆ ਕਰੋ ਮਾਰਨਿੰਗ ਸਲਾਈਡ ਨੂੰ ਤੇ ਅਗਲੇ ਦਿਨ ਅਸੈਂਬਲੀ ਦੇ ਵਿੱਚ ਆਪਣੀ ਵਧੀਆ ਪਰਫਾਰਮੈਂਸ ਦਿਆ ਕਰੋ ਟੀਚਰਸ ਨੂੰ ਵੀ ਲੱਗੇ ਕਿ ਬੱਚਾ ਇਸ ਚੀਜ਼ ਦੇ ਵਿੱਚ ਇੰਟਰਸਟ ਲੈ ਰਿਹਾ ਕੁਝ ਨਵਾਂ ਸਿੱਖ ਰਿਹਾ ਬੁੱਕਸ ਨੂੰ ਯਾਦ ਕਰਦੇ ਆ ਪਰ ਇੱਕ ਮਾਰਨਿੰਗ ਸਲਾਈਡ ਇੱਕ ਅਲੱਗ ਐਕਟੀਵਿਟੀ ਕਰਨੀ ਉਹ ਵੀ ਇੱਕ ਕਲਾ ਹੁੰਦੀ ਹੈ ਬੱਚੇ ਸਾਰੇ ਬੱਚੇ ਜਿਹੜਾ ਮਾਰਨਿੰਗ ਸਲਾਈਡ ਨੂੰ ਜਰੂਰ ਦੇਖਿਆ ਕਰੋ ਬੱਚਿਆਂ ਕੋਲ ਵੀ ਅੱਜ ਕੱਲ ਆਪਣੇ ਫਰੈਂਡਸ ਦੇ ਗਰੁੱਪ ਬਣੇ ਹੋਏ ਤੀਜੀ ਚੌਥੀ ਪੰਜਵੀਂ ਦੇ ਬੱਚੇ ਆਪਣੇ ਆਪਣੇ ਫਰੈਂਡਸ ਦੇ ਗਰੁੱਪ ਬਣਾਏ ਹੋਏ ਉਹਨਾਂ ਗਰੁੱਪ ਵਿੱਚ ਸ਼ੇਅਰ ਕਰਿਆ ਕਰਨ ਬੱਚੇ ਸਾਰੇ ਹੀ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਹੀ ਵਧੀਆ ਚੀਜ਼ਾਂ ਨੂੰ ਸਿੱਖ ਸਕਣ ਥੈਂਕ ਯੂ